ਅਸੀਂ ਡਿਸਕਸ ਕਰ ਚੁੱਕੇ ਹਾਂ ਇੰਟਰੋਡਕਸ਼ਨ ਟਾਈਪਸ ਕਾਜ਼ਿਸ ਐਂਡ ਕੁਝ ਪ੍ਰੀਵੈਂਸ਼ਨਸ ਅਤੇ ਸਾਈਨ ਐਂਡ ਸਿੰਪਟਮਸ ਆਫ ਪੋਇਜ਼ਨਿੰਗ ਹੁਣ ਅਸੀਂ ਡਿਸਕਸ ਕਰਾਂਗੇ ਫਰਸਟ ਏਡ ਮੈਨੇਜਮੈਂਟ ਆਫ ਪੋਇਜ਼ਨਿੰਗ ਫਰਸਟ ਏਡ ਮੈਨੇਜਮੈਂਟ ਮਤਲਬ ਮੁੱਢਲੀ ਸਹਾਇਤਾ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਕਿਹੜੇ ਕਿਹੜੇ ਕਾਰਨਾਂ ਕਰਕੇ ਪੋਇਜ਼ਨਿੰਗ ਹੋ ਸਕਦੀ ਹੈ ਅਤੇ ਅਗਰ ਕਿਸੇ ਪਰਸਨ ਨੇ ਕਿਸੇ ਕਾਰਨ ਕਰਕੇ ਪੋਇਜ਼ਨ ਮਟੀਰੀਅਲ ਲਿਆ ਹੈ ਤਾਂ ਉਹ ਕਿਸ ਤਰੀਕੇ ਦੇ ਸਾਈਨ ਐਂਡ ਸਿੰਪਟਮਸ ਸ਼ੋ ਕਰੇਗਾ ਜਿਸ ਦੀ ਜਾਣਕਾਰੀ ਅਸੀਂ ਤੁਹਾਨੂੰ ਸਾਈਨ ਐਂਡ ਸਿੰਪਟਮਸ ਵਿੱਚ ਦੇ ਚੁੱਕੇ ਹਾਂ ਅਗਰ ਉਹ ਉਸ ਤਰ੍ਹਾਂ ਦੇ ਸਾਈਨ ਐਂਡ ਸਿੰਪਟਮ ਸ਼ੋ ਕਰਦਾ ਹੈ ਤਾਂ ਤੁਸੀਂ ਉਸ ਨੂੰ ਕਿਸ ਤਰੀਕੇ ਦੀ ਮੁੱਢਲੀ ਸਹਾਇਤਾ ਦੇਣੀ ਹੈ ਹੁਣ ਅਸੀਂ ਉਹ ਡਿਸਕਸ ਕਰਾਂਗੇ ਅਗਰ ਤੁਹਾਨੂੰ ਉਹਨਾਂ ਵਿੱਚੋਂ ਕੋਈ ਵੀ ਸਾਈਨ ਐਂਡ ਸਿੰਪਟਮ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਮੈਡੀਕਲ ਹੈਲਪ ਲਈ ਕਾਲ ਕਰਨੀ ਹੈ ਜਦੋਂ ਤੱਕ ਮੈਡੀਕਲ ਹੈਲਪ ਤੁਹਾਡੇ ਤੱਕ ਨਹੀਂ ਪਹੁੰਚ ਜਾਂਦੀ ਉਦੋਂ ਤੱਕ ਤੁਸੀਂ ਉਸ ਨੂੰ ਕਿਸ ਤਰੀਕੇ ਦੀ ਮੁੱਢਲੀ ਸਹਾਇਤਾ ਦੇਣੀ ਹੈ ਹੁਣ ਅਸੀਂ ਉਹ ਡਿਸਕਸ ਕਰਾਂਗੇ ਅਸੈਸ ਦਾ ਕੰਡੀਸ਼ਨ ਆਫ ਵਿਕਟਮ ਅਸੈਸ ਤੋਂ ਮਤਲਬ ਕਿ ਤੁਸੀਂ ਦੇਖਣਾ ਹੈ ਕਿ ਉਹ ਕਿਸ ਤਰ੍ਹਾਂ ਦੇ ਸਾਈਨ ਐਂਡ ਸਿੰਪਟਮ ਸ਼ੋ ਕਰ ਰਿਹਾ ਹੈ ਮਤਲਬ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਤਾਂ ਨਹੀਂ ਹੋ ਰਹੀ ਉਹ ਹੋਸ਼ ਵਿੱਚ ਹੈ ਜਾਂ ਫਿਰ ਬੇਹੋਸ਼ ਹੈ ਕਲੈਕਟ ਹਿਸਟਰੀ ਅਬਾਊਟ ਟਾਈਪ ਆਫ ਪੋਇਜ਼ਨ ਅਗਰ ਤਾਂ ਉਹ ਵਿਅਕਤੀ ਹੋਸ਼ ਵਿੱਚ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਪੁੱਛੋਗੇ ਕਿ ਉਸਨੇ ਕਿਹੜੀ ਚੀਜ਼ ਖਾਧੀ ਹੈ ਜਿਸ ਕਾਰਨ ਉਸਦੀ ਇਹ ਹਾਲਤ ਹੋ ਰਹੀ ਹੈ ਅਸੈਸ ਦਾ ਬਰੀਦਿੰਗ ਪੈਟਰਨ ਆਫ ਵਿਕਟਮ ਤੁਸੀਂ ਉਸ ਵਿਅਕਤੀ ਦੇ ਸਾਹ ਕਿਰਿਆ ਨੂੰ ਚੈੱਕ ਕਰਨਾ ਹੈ ਉਸ ਲਈ ਤੁਸੀਂ ਆਪਣੇ ਹੱਥ ਨੂੰ ਉਸ ਦੇ ਨੱਕ ਦੇ ਅੱਗੇ ਰੱਖ ਕੇ ਚੈੱਕ ਕਰੋਗੇ ਕਿ ਉਹ ਸਾਹ ਲੈ ਰਿਹਾ ਹੈ ਜਾਂ ਫਿਰ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਤਾਂ ਨਹੀਂ ਹੋ ਰਹੀ ਗਿਵ ਕੰਫਰਟੇਬਲ ਪੋਜੀਸ਼ਨ ਟੂ ਵਿਕਟਿਮ ਕੋਮਨਲੀ ਸਾਈਡ ਲਾਈਨ ਉੱਪਰ ਵਾਲੀ ਅਸੈਸਮੈਂਟ ਤੋਂ ਬਾਅਦ ਤੁਸੀਂ ਉਸ ਪਰਸਨ ਨੂੰ ਕੰਫਰਟੇਬਲ ਪੋਜੀਸ਼ਨ ਦੇਣੀ ਹੈ ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਪਰਸਨ ਨੇ ਗਲਤੀ ਨਾਲ ਕੋਈ ਪੋਇਜ਼ਨ ਮਟੀਰੀਅਲ ਲੈ ਲਿਆ ਹੈ ਅਤੇ ਦੂਸਰਾ ਪਰਸਨ ਉਸ ਨੂੰ ਸਾਈਡ ਲਾਈਨ ਪੋਜੀਸ਼ਨ ਦੇ ਰਿਹਾ ਹੈ ਮਤਲਬ ਉਸ ਨੂੰ ਇੱਕ ਪਾਸੇ ਵਾਲੀ ਪੋਜੀਸ਼ਨ ਦੇਣੀ ਹੈ ਮਤਲਬ ਨਾ ਅਸੀਂ ਉਸ ਨੂੰ ਸਿੱਧੇ ਲਿਟਾਉਣਾ ਹੈ ਅਤੇ ਨਾ ਹੀ ਉਸ ਨੂੰ ਬਿਠਾਉਣਾ ਹੈ ਅਸੀਂ ਉਸ ਨੂੰ ਹਮੇਸ਼ਾ ਇੱਕ ਸਾਈਡ ਵਾਲੀ ਪੋਜੀਸ਼ਨ ਹੀ ਦੇਣੀ ਹੈ ਜੋ ਕਿ ਤੁਸੀਂ ਇਸ ਪਿਕਚਰ ਵਿੱਚ ਦੇਖ ਰਹੇ ਹੋ ਇਫ ਵਿਕਟਿਮ ਵੋਮਿਟ ਗਿਵ ਸਾਈਡ ਲਾਈਨ ਪੋਜੀਸ਼ਨ ਟੂ ਪ੍ਰੀਵੈਂਟ ਐਸਪੀਰੇਸ਼ਨ ਅਸੀਂ ਉਸ ਨੂੰ ਸਾਈਡ ਲਾਈਨ ਪੋਜੀਸ਼ਨ ਕਿਉਂ ਦੇਣੀ ਹੈ ਤਾਂ ਜੋ ਅਗਰ ਉਹ ਵਿਅਕਤੀ ਉਲਟੀ ਕਰਦਾ ਹੈ ਜਾਂ ਫਿਰ ਮੂੰਹ ਵਿੱਚੋਂ ਝੱਗ ਕੱਢਦਾ ਹੈ ਤਾਂ ਉਹ ਇੱਕ ਸਾਈਡ ਤੋਂ ਦੀ ਉਸਦੇ ਮੂੰਹ ਤੋਂ ਬਾਹਰ ਆ ਜਾਵੇ ਤਾਂ ਜੋ ਅਸੀਂ ਉਸ ਨੂੰ ਐਸਪੀਰੇਸ਼ਨ ਤੋਂ ਬਚਾ ਸਕੀਏ ਮਤਲਬ ਉਹ ਉਲਟੀ ਜਾਂ ਫਿਰ ਝੱਗ ਉਸਦੀ ਸਾਹ ਵਾਲੀ ਨਾਲੀ ਵਿੱਚ ਨਾ ਜਾਵੇ ਇਸ ਕਰਕੇ ਅਸੀਂ ਉਸ ਨੂੰ ਸਾਈਡ ਲਾਈਨ ਪੋਜੀਸ਼ਨ ਦੇਣੀ ਹੈ ਮੇਨਟੇਨ ਦਾ ਹਾਈਡਰੇਸ਼ਨ ਲੈਵਲ ਬਾਈ ਗਿਵਿੰਗ ਫਲੂਇਡਸ ਅਗਰ ਤਾਂ ਉਹ ਵਿਅਕਤੀ ਹੋਸ਼ ਵਿੱਚ ਹੈ ਤਾਂ ਤੁਸੀਂ ਉਸ ਨੂੰ ਕੁਝ ਪੀਣ ਲਈ ਦੇ ਸਕਦੇ ਹੋ ਇਨ ਕੇਸ ਆਫ ਸਕਿਨ ਇਨਵੋਲਵਮੈਂਟ ਰਿਮੂਵ ਦਾ ਕਲੋਥ ਐਂਡ ਵਾਸ਼ ਦਾ ਏਰੀਆ ਅਗਰ ਤਾਂ ਉਸ ਵਿਅਕਤੀ ਨੂੰ ਸਕਿਨ ਦੀ ਐਲਰਜੀ ਹੋਈ ਹੈ ਮਤਲਬ ਸਕਿਨ ਰਾਹੀਂ ਪੋਇਜ਼ਨ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਦੇ ਉਸ ਸਕਿਨ ਤੋਂ ਕੱਪੜੇ ਨੂੰ ਰਿਮੂਵ ਕਰੋ ਅਤੇ ਉਸ ਏਰੀਏ ਨੂੰ ਪਾਣੀ ਦੇ ਥੱਲੇ ਧੋ ਦੇਵੋ ਤਾਂ ਜੋ ਅਸੀਂ ਸਕਿਨ ਉੱਪਰੋਂ ਉਸ ਕੈਮੀਕਲ ਨੂੰ ਜਾਂ ਉਸ ਪੋਇਜ਼ਨਸ ਮਟੀਰੀਅਲ ਨੂੰ ਰਿਮੂਵ ਕਰ ਸਕੀਏ ਫੋਰ ਇਨਹਲੇਸ਼ਨ ਪੋਇਜ਼ਨਿੰਗ ਆਸਕ ਦਾ ਵਿਕਟਿਮ ਟੂ ਟੇਕ ਡੀਪ ਬ੍ਰੀਦ ਅਗਰ ਤਾਂ ਉਸ ਵਿਅਕਤੀ ਨੇ ਕੋਈ ਜ਼ਹਿਰੀਲੀ ਗੈਸ ਸੁੰਘ ਲਈ ਹੈ ਤਾਂ ਤੁਸੀਂ ਉਸ ਵਿਅਕਤੀ ਨੂੰ ਕਹਿਣਾ ਹੈ ਕਿ ਉਹ ਡੀਪ ਬ੍ਰੀਦਿੰਗ ਕਰੇ ਮਤਲਬ ਲੰਬੇ ਲੰਬੇ ਸਾਹ ਲਵੇ ਜਿਸ ਕਾਰਨ ਉਸਦੀ ਬਾਡੀ ਦੇ ਅੰਦਰ ਜ਼ਿਆਦਾ ਮਾਤਰਾ ਵਿੱਚ ਆਕਸੀਜਨ ਜਾਵੇ ਅਤੇ ਉਸ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਨਾ ਆਵੇ ਮੂਵ ਦਾ ਵਿਕਟਿਮ ਟੂ ਸੇਫ ਸਾਈਟ ਵੇਅਰ ਫਰੈਸ਼ ਏਅਰ ਪ੍ਰੈਜ਼ੈਂਟ ਅਗਰ ਉਸ ਵਿਅਕਤੀ ਨੇ ਕੋਈ ਜ਼ਹਿਰੀਲੀ ਗੈਸ ਸੁੰਘ ਲਈ ਹੈ ਤਾਂ ਉਸ ਨੂੰ ਸੇਫ ਸਾਈਟ ਤੇ ਲੈ ਜਾਵੋ ਮਤਲਬ ਜਿਸ ਜਗ੍ਹਾ ਤੇ ਤਾਜ਼ੀ ਅਤੇ ਸਾਫ ਹਵਾ ਹੈ ਉਸ ਨੂੰ ਉਸ ਜਗ੍ਹਾ ਤੇ ਸ਼ਿਫਟ ਕਰ ਦੇਵੋ ਤਾਂ ਜੋ ਉਸ ਨੂੰ ਸਾਹ ਲੈਣ ਵਿੱਚ ਕੋਈ ਮੁਸ਼ਕਿਲ ਨਾ ਆਵੇ ਹੋਲਡ ਅ ਵੈਟ ਕਲੋਥ ਓਵਰ ਯੂਰ ਨੋਜ਼ ਐਂਡ ਮਾਊਥ ਇਨ ਕੇਸ ਆਫ ਐਨੀ ਗੈਸ ਪੋਇਜ਼ਨਿੰਗ ਅਗਰ ਤੁਹਾਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਗੈਸ ਲੀਕ ਹੋਈ ਹੈ ਉਸ ਸਮੇਂ ਤੁਸੀਂ ਆਪਣੇ ਨੱਕ ਅਤੇ ਮੂੰਹ ਅੱਗੇ ਗਿੱਲਾ ਕੱਪੜਾ ਰੱਖਣਾ ਹੈ ਤਾਂ ਜੋ ਤੁਸੀਂ ਵੀ ਉਸ ਤਰ੍ਹਾਂ ਦੀ ਪੋਇਜ਼ਨਿੰਗ ਤੋਂ ਬਚ ਸਕੋ ਇਫ ਨੈਸੈਸਰੀ ਸਟਾਰਟ ਸੀਪੀਆਰ ਮਤਲਬ ਕਾਰਡੀਓ ਪਲਮਨਰੀ ਰਿਸਸੀਟੇਸ਼ਨ ਅਗਰ ਉਹ ਵਿਅਕਤੀ ਬੇਹੋਸ਼ ਹੋ ਗਿਆ ਹੈ
ਜਾਂ ਫਿਰ ਉਸ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਕੇਸ ਵਿੱਚ ਤੁਸੀਂ CPR ਪ੍ਰੋਸੀਜਰ ਸਟਾਰਟ ਕਰਨਾ ਹੈ ਜਿਸ ਬਾਰੇ ਅਸੀਂ ਤੁਹਾਨੂੰ ਹਾਰਟ ਅਟੈਕ ਮੈਨੇਜਮੈਂਟ ਵਿੱਚ ਇਨਫੋਰਮੇਸ਼ਨ ਦੇ ਚੁੱਕੇ ਹਾਂ। CPR ਕਿਸ ਤਰੀਕੇ ਨਾਲ ਦੇਣੀ ਹੈ ਇਹ ਤੁਸੀਂ ਉੱਥੋਂ ਜਾਣ ਸਕਦੇ ਹੋ। ਇਸ ਪਿਕਚਰ ਤੋਂ ਅਸੀਂ ਤੁਹਾਨੂੰ ਥੋੜੀ ਜਾਣਕਾਰੀ ਦੇ ਦਿੰਦੇ ਹਾਂ ਕਿ CPR ਦੇ ਕਿਹੜੇ ਮੇਨ ਸਟੈਪਸ ਨੇ। ਸਭ ਤੋਂ ਪਹਿਲਾਂ ਤੁਸੀਂ ਉਸ ਪਰਸਨ ਨੂੰ ਹਾਰਡ ਸਰਫੇਸ ਤੇ ਲਿਟਾਉਣਾ ਹੈ ਅਤੇ ਆਪਣੇ ਹੱਥਾਂ ਦੇ ਨਾਲ ਕੰਪਰੈਸ਼ਨਸ ਦੇਣੇ ਨੇ, ਮਤਲਬ ਤੁਸੀਂ ਉਸ ਪਰਸਨ ਦੇ ਦੋਨੋ ਨਿੱਪਲਸ ਦੇ ਵਿੱਚ ਆਪਣਾ ਇੱਕ ਹੱਥ ਰੱਖਣਾ ਹੈ ਅਤੇ ਦੂਜੇ ਹੱਥ ਨਾਲ ਆਪਣੇ ਪਹਿਲੇ ਹੱਥ ਨੂੰ ਫੜ ਕੇ ਨੀਚੇ ਨੂੰ ਦੱਬਣਾ ਹੈ, ਮਤਲਬ ਕੰਪਰੈਸ਼ਨਸ ਦੇਣੇ ਨੇ। ਕਾਲ ਫਾਰ ਐਂਬੂਲੈਂਸ ਐਂਡ ਸ਼ਿਫਟ ਦ ਵਿਕਟਿਮ ਟੂ ਹੋਸਪਿਟਲ। ਜਿਵੇਂ ਕਿ ਤੁਸੀਂ ਸਾਈਨ ਐਂਡ ਸਿਮਟਮ ਦੇਖਣ ਤੋਂ ਪਹਿਲਾਂ ਮੈਡੀਕਲ ਹੈਲਪ ਨੂੰ ਕਾਲ ਕਰ ਚੁੱਕੇ ਹੋ ਅਤੇ ਮੈਡੀਕਲ ਹੈਲਪ ਆਉਣ ਤੇ ਤੁਸੀਂ ਉਸ ਵਿਕਟਿਮ ਨੂੰ ਹੋਸਪਿਟਲ ਪਹੁੰਚਾਉਣਾ ਹੈ ਤਾਂ ਜੋ ਅਸੀਂ ਉਸ ਦੀ ਲਾਈਫ ਨੂੰ ਸੇਵ ਕਰ ਸਕੀਏ। ਜੋ ਸਾਈਨ ਐਂਡ ਸਿਮਟਮਸ ਅਸੀਂ ਤੁਹਾਨੂੰ ਦੱਸੇ ਹੈ, ਅਗਰ ਉਹ ਸਾਈਨ ਐਂਡ ਸਿਮਟਮ ਤੁਸੀਂ ਉਸ ਵਿਕਟਿਮ ਵਿੱਚ ਦੇਖਦੇ ਹੋ ਤਾਂ ਉਸੇ ਟਾਈਮ ਮੈਡੀਕਲ ਹੈਲਪ ਨੂੰ ਕਾਲ ਕਰੋ ਅਤੇ ਪੇਸ਼ੈਂਟ ਨੂੰ ਹੋਸਪਿਟਲ ਸ਼ਿਫਟ ਕਰਵਾਓ ਤਾਂ ਜੋ ਉਸ ਦੀ ਲਾਈਫ ਨੂੰ ਸੇਵ ਕੀਤਾ ਜਾ ਸਕੇ। ਇਹ ਸੀ ਫਸਟ ਏਡ ਮੈਨੇਜਮੈਂਟ ਆਫ ਪੇਸ਼ੈਂਟ ਵਿਦ ਪੋਇਜ਼ਨਿੰਗ।